जब मशीन चली आ इलाके दे विच लोग लगे देखण, उन्होंने कहा भी साढ़े पिंड चला। मैं उन्होंने पिंड चलाई, वो कहते फतेहगढ़ साहब जाएगा लेके। मैं क्या भले मानसो मशीन असी बनाई लंगर वास्ते आ, साहब चाहो मलेरकोटला ले चलो, चाहो सुल्तानपुर लेधु ले चलो। सिर्फ सवा 2 लाख 2.5 लाख तैयार करके दिती। इत्थे पीटीओ साहब ट्रैक्टर की अंगेज हो जाती है, ट्रैक्टर दे नाले मशीन खिंच के जिथा भी मर्जी ले जा सकते हैं और ट्रैक्टर दे नाले ड्राइव हो जाती है। ਅਸੀਂ 3 ਗੇੜੇ ਲਾ ਲਏ ਇੰਗਲੈਂਡ ਦੇ ਵਿੱਚ। ਬਾਬਾ ਜੀ ਟਰਾਲੀ ਦੇ ਉੱਪਰ ਪਹਿਲਾਂ ਤਾਂ ਗੰਨੇ ਪੀੜਨ ਲੱਗੇ ਹੋਏ ਸੀ ਤੇ ਨਾਲ ਹੀ ਬਾਬਾ ਜੀ ਨੂੰ ਅਸੀਂ ਥੱਲੇ ਲਾਇਆ ਵੀ ਹੋਰ ਜਾਣਕਾਰੀ ਜਿਹੜੀ ਆ ਅਸੀਂ ਦਰਸ਼ਕਾਂ ਨੂੰ ਦੇਣੀ ਆ। ਬਾਬਾ ਜੀ ਫੇਰ ਫਤਿਹ ਦੀ ਸਾਂਝ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਨਾਮ ਇੱਕ ਵਾਰ ਫੇਰ ਸਾਡੇ ਉੱਥੇ ਰੌਲਾ ਸੀ ਪੈਂਦਾ, ਤੁਸੀਂ ਦਰਸ਼ਕਾਂ ਨੂੰ ਸਾਡਿਆਂ ਨੂੰ ਜ਼ਰੂਰ ਇੱਧਰ ਕੈਮਰੇ ਵੱਲ ਮੂੰਹ ਕਰਕੇ ਜ਼ਰੂਰ ਆਪਣਾ ਨਾਮ ਜਿਹੜਾ ਦੱਸੋ। ਮੇਰਾ ਨਾਮ ਆ ਜੀ ਜਮੇਰ ਸਿੰਘ ਤੇ ਹਰਿਆਣੇ ਚੋਂ, ਪਿੰਡ ਮਡੇਬਰ, ਜ਼ਿਲ੍ਹਾ ਜਮਨਾਨਗਰ, ਹਰਿਆਣਾ। ਠੀਕ ਆ। ਸਾਡਾ ਜਿਹੜਾ ਗੰਨੇ ਦਾ ਏਰੀਆ ਉਹ ਗੰਨੇ ਦੀ ਏਸ਼ੀਆ ਦੀ ਸਭ ਤੋਂ ਬੜੀ ਸ਼ੂਗਰ ਮਿਲ ਸਾਡੇ ਪਿੰਡ 'ਚ, ਸ਼ਹਿਰ 'ਚ, ਜਮਨਾਨਗਰ ਵਿੱਚ। ਠੀਕ ਆ। ਜਿਹਦੇ ਵਿੱਚ ਸਾਡਾ 4 ਕਿਲੋਮੀਟਰ ਦੇ ਸਿਰਫ ਪਿੰਡ ਆ। ਮੈਂ ਇੱਥੇ ਫਤਿਹਗੜ੍ਹ ਸਾਹਿਬ, ਆਨੰਦਪੁਰ ਸਾਹਿਬ, ਹੋਲੇ ਮਹੱਲੇ ਅਤੇ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ 'ਤੇ ਆਉਂਦਾ ਹੁੰਦਾ ਸੀ। ਮੈਂ ਦਿਲ ਦੇ ਵੀ ਸੋਚਿਆ ਵੀ ਇੰਨੀ ਸੰਗਤ ਉਰਾ ਲੰਗਰ ਲਾਉਂਦੀ ਆ, ਸਾਡਾ ਜਮਨਨਗਰ ਦਾ ਏਰੀਆ, ਗੰਨੇ ਦਾ ਏਰੀਆ, ਸਾਡਾ ਘਰ ਦਾ ਗੰਨਾ ਹੁੰਦਾ ਸੀ, ਕਿਉਂ ਪਿੱਛੇ ਆ? ਲੋਕ ਇੱਥੇ ਗੰਨਾ ਮੁੱਲ ਲੈ ਕੇ ਲੰਗਰ ਲਾਉਂਦੇ ਆ। ਤਾਂ ਮੇਰੇ ਮਨ ਅੰਦਰ ਮੇਰੇ ਮਹਾਰਾਜ ਨੇ ਡ੍ਰੀਮ ਪਾਇਆ, ਮੈਨੂੰ ਮੇਰੇ ਅੰਦਰ ਇੱਕ ਮਸ਼ੀਨ ਦਾ ਡਿਜ਼ਾਇਨ ਤਿਆਰ ਹੋਇਆ। ਅੱਛਾ, ਆ ਜਿਹੜੀ ਮਸ਼ੀਨ ਚੱਲਦੀ ਪਈ ਆ, ਹਾਂਜੀ, ਇਹ ਤੁਹਾਡਾ ਡਿਜ਼ਾਈਨ ਕੀਤਾ ਹੋਇਆ? ਮੇਰਾ ਆਪਣੇ ਡਿਜ਼ਾਈਨ ਆਇਆ ਜੋ ਮੇਰੇ ਡ੍ਰੀਮ ਦੇ ਅੰਦਰ ਤਾਂ। ਮੈਂ ਇਹਦੀ ਸਰਚ ਕੀਤੀ, ਮੁਜ਼ੱਫਰਨਗਰ ਜਾ ਕੇ ਮੈਂ 3 ਮਹੀਨੇ ਦੇ ਵਿੱਚ ਇਹ ਮਸ਼ੀਨ ਤੱਕ ਪਹੁੰਚ ਪਾਇਆ। ਓਕੇ। ਇਹ ਮਸ਼ੀਨ ਬਿਲਕੁਲ ਉੱਥੇ ਤਿਆਰ ਨਹੀਂ ਸੀ, ਮੈਨੂੰ ਇੱਕ ਮਾਡਲ ਮਿਲਿਆ ਸੀ ਜੀ। ਉਹ ਮਾਡਲ ਮੈਂ ਕਿਹਾ ਵੀ ਇਹ ਤਾਂ ਮੇਰੇ ਡ੍ਰੀਮ ਦਾ ਮਾਡਲ ਆ, ਮਾਡਲ ਦੀ ਤੁਸੀਂ ਮੈਨੂੰ ਮਸ਼ੀਨ ਤਿਆਰ ਕਰਕੇ ਦਿਓ ਜੀ। ਉਹ ਕਹਿੰਦੇ ਵੀ ਜਿਸ ਤਰ੍ਹਾਂ ਤੁਸੀਂ ਡਰਾਇੰਗ ਦਿਓਗੇ, ਜੋ ਤੁਸੀਂ ਡਿਜ਼ਾਈਨ ਦੱਸੋਗੇ ਉਹ ਅਸੀਂ ਤਿਆਰ ਕਰ ਦੂੰਗੇ, ਪਰ ਸਾਡੇ ਕੋਲ ਇਹੋ ਜਿਹੀ ਮਸ਼ੀਨ ਕੋਈ ਨਹੀਂ ਜਿਹੀ ਜੀ ਤੁਸੀਂ ਚਾਹੁੰਦੇ ਆ, ਅਸੀਂ ਤਿਆਰ ਕਰ ਸਕਦੇ ਆ। ਠੀਕ ਹੈ। ਮੈਂ ਉਹਨਾਂ ਨੂੰ ਟਾਈਮ ਦਿੱਤਾ, ਉਹਨਾਂ ਨੇ 3 ਮਹੀਨੇ ਦਾ ਟਾਈਮ ਮੰਗਿਆ। 3 ਮਹੀਨੇ ਦੇ ਅੰਦਰ ਅੰਦਰ ਮੈਂ ਆਏ ਸੰਡੇ ਨੂੰ ਜਾਂਦਾ ਸੀ ਜੀ, ਜਾ ਕੇ ਮਸ਼ੀਨ ਦਾ ਮੋਡੀਫਿਕੇਸ਼ਨ ਕਰਵਾਉਂਦਾ ਸੀ ਜੀ। ਮਸ਼ੀਨ ਤਿਆਰ ਹੋ ਕੇ ਆ ਗਈ ਜੀ। ਜਦ ਅਸੀਂ ਲਿਆਂਦੀ ਪਿੰਡ ਦੇ ਵਿੱਚ ਮਸ਼ੀਨ, ਪਿੰਡ ਵਾਲੇ ਮਜ਼ਾਕਾਂ ਲੱਗੇ ਕਰਨ, ਕਹਿੰਦੇ ਅੱਜ ਕੱਲ੍ਹ ਕੌਣ ਰਸ ਪੀਂਦਾ, ਸ਼ੂਗਰ ਦੀ ਬਿਮਾਰੀ ਆ ਲੋਕਾਂ ਨੂੰ, ਇਹ ਮਸ਼ੀਨ ਤੇਰੀ ਸਸਤੇ ਰੇਟ ਮੈਂ ਕੁਆੜੀਆਂ ਪਰ ਵੇਚਣੀ ਪਊਂਗੀ, ਕਿਸੇ ਨਾ ਨੇ ਰਸ ਪੀੜਾ, ਇਹ ਮਸ਼ੀਨ ਫੇਲ ਆ। ਅੱਛਾ। ਹਾਂਜੀ, ਪਰ ਮਹਾਰਾਜ ਨੇ, ਮਹਾਰਾਜ ਦਾ ਫੈਸਲਾ ਹੋਰ ਕੁਛ ਸੀ। ਮਹਾਰਾਜ ਦੀ ਗੋਡ, ਇਹ ਸਾਰੀ ਗੋਡ ਪਲਾਨਿੰਗ ਆ, ਇਹਦੇ ਵਿੱਚ ਮੇਰਾ ਨਹੀਂ ਕੁਛ ਵੀ, ਕਿਸੇ ਦਾ ਕੁਛ ਨਹੀਂ ਹੈਗਾ ਇਹਦੇ ਵਿੱਚ, ਜੋ ਹੈਗੀ ਆ ਸਭ ਗੋਡ ਪਲਾਨਿੰਗ ਆ। ਉਹ ਕਹਿੰਦੇ ਕਰੇ ਕਰਾਏ ਆਪੇ ਆਪ, ਮਾਨਸ ਕੇ ਕੁਛ ਨਹੀਂ ਹਾਥ, ਜਿਹੜੀ ਗੱਲ ਤੁਸੀਂ ਕਰ ਰਹੇ। ਹਾਂਜੀ, ਇਹ ਗੋਡ ਪਲਾਨਿੰਗ ਸੀ, ਮੈਨੂੰ ਨਹੀਂ ਸੀ ਪਤਾ। ਜਦ ਮਸ਼ੀਨ ਚੱਲੀ ਆ ਇਲਾਕੇ ਦੇ ਵਿੱਚ ਲੋਕ ਲੱਗੇ ਦੇਖਣ, ਉਹਨਾਂ ਨੇ ਕਿਹਾ ਵੀ ਸਾਡੇ ਪਿੰਡ 'ਚ ਚਲਾ। ਮੈਂ ਉਹਨਾਂ ਦੇ ਪਿੰਡ 'ਚ ਚਲਾਈ, ਉਹ ਕਹਿੰਦੇ ਫਤਿਹਗੜ੍ਹ ਸਾਹਿਬ ਜਾਏਗਾ ਲੈ ਕੇ। ਮੈਂ ਕਿਹਾ ਭਲੇ ਮਾਨਸੋ ਮਸ਼ੀਨ ਅਸੀਂ ਬਣਾਈ ਉਹ ਲੰਗਰਾਂ ਵਾਸਤੇ ਆ, ਤੁਸੀਂ ਫਤਿਹਗੜ੍ਹ ਸਾਹਿਬ ਚਾਹੋ ਮਲੇਰਕੋਟਲਾ ਲੈ ਚਲੋ, ਚਾਹੋ ਸੁਲਤਾਨਪੁਰ ਲੇਧੂ ਹੀ ਲੈ ਚਲੋ, ਅਸੀਂ ਤਿਆਰ ਆ ਜਾਣੇ ਨੂੰ। ਸਾਡਾ ਜੀ ਇੱਕ ਜਥਾ ਜਮਲਨਗਰ ਤੋਂ ਸੁਮੈਲਪੁਰ ਪਿੰਡ ਮਡੇਬਰ ਪਿੰਡ ਦਾ ਇਕੱਠੇ ਹੋ ਕੇ ਤੁਰਿਆ। ਅਸੀਂ 3 ਟਰੇਲੀਆਂ ਲੈ ਕੇ ਪਹਿਲੇ ਸਾਲ ਆਏ, ਪਹਿਲੇ ਅਸੀਂ ਪਲਾਟ ਇੱਥੇ ਲਿਆ, ਐਪਲੀਕੇਸ਼ਨ ਦਿੱਤੀ ਪ੍ਰਸ਼ਾਸਨ ਨੂੰ, ਪ੍ਰਸ਼ਾਸਨ ਨੇ ਸਾਡਾ ਇਹ ਪਲਾਟ ਮਨਜ਼ੂਰ ਕਰਤਾ। ਠੀਕ ਹੈ, ਅੱਜ ਇੱਥੇ ਆਪਾਂ ਖੜੇ ਹਾਂ। ਹਾਂਜੀ, 2011 ਆਪਣਾ ਪਲਾਟ ਆ, 2011 ਦੇ ਵਿੱਚ ਪ੍ਰਸ਼ਾਸਨ ਦੇ ਨਾਮ ਤੇ ਅਲੋਟ ਕਰਿਆ ਹੋਇਆ, ਪ੍ਰਸ਼ਾਸਨ ਨੇ ਸਾਨੂੰ ਅਲੋਟਮੈਂਟ ਕਰਤੀ ਵੀ ਤੁਸੀਂ ਇੱਥੇ ਲੰਗਰ ਲਾ ਸਕਦੇ ਆ। ਸ਼੍ਰੋਮਣੀ
श्रोमणी कमेटी ने लौट करती भी तुसी आओ ते लंगर लाउन वास्ते। हां जी हां, जिथे आ देखो फर्ज धोने दा लैटरिन बाथरूम सारा सी बना लिया। ठीक है। हां जी हां। ते बाबा जी लोग तुसी कहने सी ताने मारदे आ, ऐ भी सीगा ए गल? हां जी हां, लोग ताने मारदे ते बई ए थोड़ी मशीन दा किसी नाले रस पीना, लोकां नु शुगर दी बीमारी आ। बाबा जी होर परिवार दे विच कौन कौन आ? होर परिवार दे विच मेरा लड़का है, लड़की आ, लड़की इंग्लैंड दे विच आ, उन्होंने साड़ा बीजा ये मशीन पर कम करते करते सेवादार 2011-12 से शुरू यह जे होए। अज कोई सेवादार अमरीका गया होया, कोई इंग्लैंड गया है, कोई ट्राली दे सेवा करदे पे कनेडा जा रहा, और इन्होंने बीजते भी कई दे बीजे लगे पे हुण तैयार है जाने नू। ते तुसी फिर बाबा जी इंग्लैंड देख लिया? महाराज की कृपा से असी भी चलते रहे सेवा बिच, असी सेवा कर तो हो निकामी तिसको होत प्राप्त स्वामी, ये असी मध्या नज़र रखते हुए इस शब्द को याद करते हुए बार बार रिपीट करते हुए असी अपनी सेवा विच जो गॉड की प्लानिंग थी लगे रहे जी। तो ऐसा समा आया 2020 दे विच कोई स्कीम निकली इंग्लैंड दे विच, यूरोपियन यूनियन फैमिली सैटलमेंट स्कीम जी, उहदे अंदर साड़ी लड़की ना साड़े जुआई ना सानू बुला लिया, असी साड़ा वीजा लग गया, असी इंग्लैंड दे विच इसी साल दे विच 2021 दे दसंबर 2021 दे दसंबर 2022 तक असी तीन गेड़े ला ले इंग्लैंड दे विच। ते हुण तुसी इंग्लैंड तो आए हो सीधा? हुण मैं 14 दसंबर नू स्पेशल इस प्रोग्राम नू अपना शहीदी जोड़ मेला फतेहगढ़ साहब नू मध्या नज़र रखते हुए इत्थे पहुँचा, बई ये सेवा ते असी पिछे नहीं हटना। क्या बात है। ये हरियाणे दे हिस्से आउंदी आ, आ सरदार जी दे हिस्से, बाबा जी दे हिस्से आउंदी आ गल, कहिंदे असी इंग्लैंड तो, दोस्तों देख लो इंग्लैंड तो स्पैशल शहीदी जोड़ मेले लई पहुँचे आ हरियाणे तो, वह भी ट्रालियाँ लैके और मशीना लैके। हाँ जी हाँ जी, मशीना लेके और जो भी है साढ़े सेवादार आया साल बढ़ते जाते, साड़ा गन्ने दे रस पीने की कपैसिटी बढ़ती जाती आ जी। एक कारण एक आ, हुण इहदा मैं दसा थोनू क्या है, जद भी मैं रोज़ उठता है जी, वाहगुरु की कृपा गल रोज़ सौंदा है, सौने तो पहला बैड पर बैठका और जागने जागदी सारे बैड पर बैठा ही मैं इसकी अरदास करदा, परमात्मा का शुकराना करदा जी, और उस तरह ही जो ड्रीम बनता उस तरह ही सारा प्रोग्राम आया साल बढ़ता ही जाता। बंदा बहुत कुछ सोचता पर कुदरत बड़ी न्यारी आ, रब साडा गुरु बहुत न्यारा, ओदी प्लानिंग जेड़ी आ तुसी समझदे हो, मेनू तां ए लगदा वी ओ तुसी बहुत अच्छी तरह समझदे आ। मेरा शरीर भी इन्ना इस साल कुछ साथ नहीं दा दे रहा, कोई थोड़ी उधर मनो इंग्लैंड दे भी ठंड लग गई थी, इधर मौसम दा होर आ उधर होर आ मौसम, मैंने बाबा जी तुसी इंग्लैंड दी गल करदे आ, खुद ठीक करया मेरा शरीर नु, उहनां ने आप हत्थ फेर के कहा वी जा तू तेरा ठीक है, तू अपना कम कर जाके सेवा कर। ਤੁਸੀਂ ਇੰਗਲੈਂਡ ਦੀ ਗੱਲ ਕਰਦੇ ਆ, ਇੰਗਲੈਂਡ ਤੋਂ ਸਪੈਸ਼ਲ ਆਏ ਆ, ਇੱਥੇ ਉਹਨਾਂ ਦਿਨਾਂ 'ਚ ਰੋਟੀ ਨਹੀਂ ਪੱਕਦੀ, ਲੋਕ ਰੋਂਦੇ ਵੀ ਆ, ਯਾਦ ਕਰਦੇ ਆ, ਵਾਕਈ ਰੋਣਾ ਆਉਂਦਾ ਇੰਨੀ ਠੰਡ ਦੇ ਵਿੱਚ, ਤੁਹਾਨੂੰ ਤੁਸੀਂ ਸੇਵਾ ਕਰੀ ਜਾ ਰਹੇ ਹੋ। ਅਸੀਂ ਤਾਂ ਜੀ ਸਾਰਾ ਕੰਮ ਬੈਗਰੂ ਦੇ ਬਾਬਾ ਜੀ, ਤੁਹਾਨੂੰ ਸੇਵਾ ਜਿਆਦੇ ਨੇ ਜਿਹੜੇ ਇੰਨੀ ਠੰਡ ਦੇ ਵਿੱਚ ਸਿੱਧੀ ਪਾ ਗਏ ਸੀ, ਸਾਡੀ ਕੀ ਠੰਡ ਅੱਜ ਵੀਰ ਜੀ, ਠੰਡ ਬਰਦਾਸ਼ਤ ਵੀ ਨਹੀਂ ਕਰ ਰਹੇ, ਜੋ ਅਸੀਂ ਤਾਂ ਸਿਰਫ ਉਸ ਵਿੱਚ ਉਸਦੀ ਯਾਦ ਵਿੱਚ ਰਹਿੰਦੇ ਆ, ਉਹਨਾਂ ਨੂੰ ਧਿਆਨ ਵਿੱਚ ਰੱਖਦੇ ਆ, ਬਈ ਉਹ ਦਿਨ ਕਿਹਾ ਜਾਂਦਾ ਬਈ ਜਦ ਸਾਹਿਬਜ਼ਾਦਿਆਂ ਨੂੰ ਉਰਾ ਇਸ ਮੁਸੀਬਤ ਦੇ ਵਿੱਚ ਟ੍ਰੈਜਡੀ ਦੇ ਵਿੱਚ ਉਹ ਸਮਾਂ ਕੱਟਣਾ ਪਿਆ, ਔਰ ਉਰੀ ਉਹ ਸ਼ਹੀਦੀਆਂ ਦੇਣੀਆਂ ਪਈਆਂ, ਮਾਤਾ ਗੁਜਰ ਕੌਰ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਜਿਹੜਿਆਂ ਦੀ ਇੰਨੀ ਜਿਹਨਾਂ ਦੇ ਮਤਲਬ ਬਿਲਕੁਲ ਨਵਾਲਿਗ, ਜਿਹਨਾਂ ਨੂੰ ਪਤਾ ਵੀ ਨਹੀਂ ਆਪਣੀ ਪੂਰੀ ਸੋਝੀ ਵੀ ਨਹੀਂ ਜੀ, ਉਹਨਾਂ ਦੇ ਨਾਲ ਵੀ ਇੰਨਾ ਦੁਸ਼ਮਣ ਦਾ ਸਮੇਂ ਦੇ ਹਕੂਮਤ ਨਾਲ ਇੰਨਾ ਜ਼ੁਲਮ ਕਰਿਆ, ਬਈ ਉਹ ਸਾਡੇ ਯਾਦ ਕਰਕੇ ਅੱਜ ਸਾਨੂੰ ਰੋਣੇ ਆਉਂਦੇ ਆ ਜੀ, ਬਾਕੀ ਰੋਣਾ ਆਉਂਦਾ। ਹਾਂਜੀ, ਜਦੋਂ ਮੈਂ ਵੀ ਹੁਣ ਸੁਣ ਰਿਹਾ ਬਾਬਾ ਜੀ, ਮੈਂ ਚਾਹੁੰਦਾ ਵੀ ਆਪਾਂ ਨਾਲ ਦੀ ਨਾਲ ਉਹ ਮਸ਼ੀਨ ਦੇਖੀਏ, ਆ ਜਾਓ ਜੀ। ਆ ਛੋਟੀ ਜਿਹੀ ਮਸ਼ੀਨ ਤੋਂ ਸ਼ੁਰੂ ਕਰਿਆ ਸੀ ਜੀ, ਜੇ ਬਾਬਾ ਜੀ ਦੀ ਇੰਨੀ ਕਿਰਪਾ ਹੋਈ ਅੱਜ ਸਾਡਾ ਲੰਗਰ ਪੂਰੇ ਜ਼ੋਰ ਸ਼ੋਰ ਤੇ ਬੜ ਚੜ ਕੇ ਲੰਗਰ ਆਏਗਾ। ਅੱਛਾ, ਇਹ ਪਹਿਲਾ ਮਸ਼ੀਨ ਜਿਹੜੀ ਹੈ ਤੁਸੀਂ ਇਹਦੇ ਬਾਰੇ ਤਿਆਰ ਕਰੋ, ਆਹ ਮਸ਼ੀਨ ਦੀ ਗੱਲ ਕਰਦੇ ਹੋ ਹੈ ਤੁਸੀਂ, ਇਹ ਤੋਂ ਸ਼ੁਰੂਆਤ ਕਰੀ ਸੀ? ਠੀਕ ਆ। ਹਾਂਜੀ, ਆਹ ਮਸ਼ੀਨ ਆਓ। ਹਾਂਜੀ ਹਾਂਜੀ,
ਜਦ ਮੈਂ 2011 ਦੇ ਵਿੱਚ ਕੰਪਨੀ ਨੇ ਮੈਨੂੰ ਬਹੁਤ ਸਾਥ ਦਿੱਤਾ ਕੰਪਨੀ ਨੇ ਕਿਹਾ ਵੀ ਤੂੰ ਜੋ ਚੈਰੀਟੇਬਲ ਬੇਸ ਤੇ ਕੰਮ ਕਰ ਰਿਹਾ ਅਸੀਂ ਵੀ ਆਪਣਾ ਮਾਰਜਨ ਨਹੀਂ ਲੈਂਦੇ ਉਹਨਾਂ ਨੇ ਮੈਨੂੰ ਇਹ ਸਿਰਫ 2.25 ਲੱਖ 2.5 ਲੱਖ ਵਿੱਚ ਤਿਆਰ ਕਰਕੇ ਦਿੱਤੀ ਮਤਲਬ ਉਹਨਾਂ ਨੇ ਲੋਹੇ ਦੇ ਹੀ ਪੈਸੇ ਲਏ ਨੇ ਤੁਹਾਡੇ ਲੋਹੇ ਦੇ ਹੀ ਪੈਸੇ ਲਏ ਆ ਜ਼ਿਆਦਾ ਉਹਨਾਂ ਨੇ ਲੇਬਰ ਨਹੀਂ ਲਈ ਹਾਂਜੀ ਅਤੇ ਇਹਦੇ ਨਾਲ ਫਿਰ ਟਰੈਕਟਰ ਲੱਗਦਾ ਉਹ ਟਰੈਕਟਰ ਜਿਹੜਾ ਲੱਗਿਆ ਹੋਇਆ ਦੋ ਲੈ ਕੇ ਆਏ ਹੋ ਇਹ ਸਾਰਾ ਸਾਡਾ ਆਪਣਾ ਸਿਸਟਮ ਬਣਾ ਡਿਜ਼ਾਈਨ ਕਰਿਆ ਹੋਇਆ ਇੱਥੇ PTO ਸਾਹਿਬ ਟਰੈਕਟਰ ਦੀ ਇੰਗੇਜ ਹੋ ਜਾਂਦੀ ਆ ਟਰੈਕਟਰ ਦੇ ਨਾਲੇ ਮਸ਼ੀਨ ਖਿੱਚ ਕੇ ਜਿੱਥਾ ਵੀ ਮਰਜ਼ੀ ਲਿਜਾ ਸਕਦੇ ਆ ਔਰ ਟਰੈਕਟਰ ਦੇ ਨਾਲੇ ਡਰਾਈਵ ਹੋ ਜਾਂਦੀ ਆ ਤੇ ਉਹ ਜਿਹੜਾ ਦੂਜਾ ਟਰੈਕਟਰ ਲੱਗਿਆ ਹੋਇਆ ਇਹ ਦੋ ਲਿਆਇਓ ਤੁਸੀਂ ਜੇ ਖਰਾਬ ਹੋ ਜਾਵੇ ਜਾਂ ਕੋਈ ਇਦਾਂ ਦਾ ਕੋਈ ਚੱਕਰ ਆ ਗਿਆ ਆ ਮਸ਼ੀਨ ਪਾ ਅਲੱਗ ਟਰੈਕਟਰ ਆ ਉਹ ਮਸ਼ੀਨ ਪਾ ਅਲੱਗ ਟਰੈਕਟਰ ਆ ਦੋ ਮਸ਼ੀਨਾਂ ਆਈਆਂ ਹੋਈਆਂ ਨੇ ਹਾਂਜੀ ਇਹ ਦੋਨੇ ਕਦੋਂ ਚੱਲਣਗੀਆਂ ਦੋਹੇ ਜਦ ਪੂਰਾ ਰਸ਼ ਪਊਗਾ ਦੋਹੇ ਚਲਾ ਦੂੰਗੇ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਪੂਰਾ ਰਸ਼ ਪੈਣਾ ਹਾਂਜੀ ਦੋਹੇ ਚਲਾ ਦੇਣੀ ਆ ਪਰ ਉਹ ਮਸ਼ੀਨ ਇਕੱਲੀ ਉਹ ਇੰਨੀ ਕਪੈਸਿਟੀ ਰੱਖਦੀ ਆ ਬਈ ਇਕੱਲੀ ਉਹ ਰਸ ਨਹੀਂ ਮੁੱਕਣ ਦਿੰਦੀ 4.5 ਘੰਟੇ ਦੇ ਵਿੱਚ 100 ਕੁਇੰਟਲ ਗੰਨਾ ਪੀੜ ਦਿੰਦੀ ਆ ਜੀ ਹਾਂਜੀ ਅਤੇ ਕਿੰਨੇ ਕੁਇੰਟਲ ਜਿਹੜਾ ਗੰਨਾ ਆਇਆ ਹੋਇਆ ਇੱਥੇ ਇਸ ਟਾਈਮ 700 ਕੁਇੰਟਲ ਗੰਨਾ ਆ ਚੁੱਕਾ 750 ਕੁਇੰਟਲ ਗੰਨਾ ਆ ਚੁੱਕਿਆ ਜੀ ਹਾਂਜੀ ਅਤੇ ਕੋਈ ਪਰਵਾਹ ਨਹੀਂ ਖਜ਼ਾਨੇ ਖੁੱਲ੍ਹੇ ਆ ਭਰਪੂਰ ਆ ਖਜ਼ਾਨੇ ਭਰਪੂਰ ਨਹੀਂ ਇਹ ਤਾਂ ਘਰ ਦੀ ਮੁਰਗੀ ਦਾਲ ਬਰਾਬਰ ਘਰ ਦਾ ਸਭ ਦਾ ਗੰਨਾ ਹੈ ਕੋਈ 50 ਕੁਇੰਟਲ ਦਿੰਦਾ ਕੋਈ 20 ਕੁਇੰਟਲ ਦਿੰਦਾ ਕੋਈ 10 ਕੁਇੰਟਲ ਦਿੰਦਾ ਉਹਦੇ ਨਾਲੇ ਗੰਨਾ ਸਾਡੇ ਪਾ ਇੰਨਾ ਇਕੱਠਾ ਹੋ ਜਾਂਦਾ ਹੈ ਬਈ ਅਸੀਂ ਹਾਲ ਪੂਰਾ ਗੰਨਾ ਲੈ ਕੇ ਆ ਨਹੀਂ ਸਕੇ ਸਾਨੂੰ ਪਤਾ ਤਾਂ ਵੀ ਅਸੀਂ ਪੀੜ ਨਹੀਂ ਸਕਦੇ ਇੰਨਾ ਗੰਨਾ ਜੀ ਜਿੰਨਾ ਗੰਨਾ ਉੱਥੇ ਸਾਡੇ ਕੋਲ ਇਕੱਠਾ ਹੋ ਗਿਆ ਕਿਸੇ ਹੋਰ ਪ੍ਰੋਗਰਾਮ 'ਤੇ ਅਸੀਂ ਫਿਰ ਲੋਹੜੀ 'ਤੇ ਜਾਂ ਮਤਲਬ ਸ਼ਿਵਰਾਤਰੀ 'ਤੇ ਜੀ ਜਾਂ ਫਿਰ ਹੋਲੇ ਮਹੱਲੇ 'ਤੇ ਉਹ ਗੰਨਾ ਉਹਨਾਂ ਦਾ ਲਊਂਗੇ ਅਸੀਂ ਤੁਸੀਂ ਇਹ ਸੇਵਾ ਨਿਰੰਤਰ ਨਿਭਾ ਰਹੇ ਹੋ 12 ਸਾਲਾਂ ਦੇ ਤੁਸੀਂ ਦੱਸਿਆ ਹਾਂਜੀ ਇਹ ਨਿਰੰਤਰ ਸੇਵਾ ਕਰ ਰਹੇ ਹੋ ਗੁਰੂ ਨੇ ਖਜ਼ਾਨੇ ਜਿਹੜੇ ਨੇ ਭਰਪੂਰ ਰੱਖੇ ਆ ਕਦੀ ਕੋਈ ਆਪਣੇ ਅਸੀਂ ਆਪਣੀ ਲਾਈਫ ਵਿੱਚ ਕੋਈ ਮਤਲਬ ਸਾਨੂੰ ਕਮੀ ਆਈ ਹੋਈ ਨਹੀਂ ਕਦੇ ਕੋਈ ਘਾਟਾ ਨਹੀਂ ਪਿਆ ਕੋਈ ਕਾਸੀ ਦਾ ਕੁਛ ਨਹੀਂ ਪਿਆ ਗੁਰੂ ਨਾਨਕ ਦੀ ਕਿਰਪਾ 'ਤੇ ਵੱਧਦੀ ਜਾ ਰਿਹਾ ਇਸ ਟਾਈਮ ਵੀ ਮੈਂ ਇੰਗਲੈਂਡ ਵਿੱਚ ਚੰਗੇ ਪੈਸੇ ਬਣਾਉਂਦਾ ਮੈਂ ਕੰਮ ਕਰਦਾ ਅਤੇ ਤੁਸੀਂ ਇੰਗਲੈਂਡ ਦੇ ਵਿੱਚ ਚੰਗੇ ਪੈਸੇ ਬਣਾਉਂਦੇ ਔਰ ਉੱਥੇ ਹੁਣ ਸਾਕਾ ਸਰਹੰਦ ਜਿਹੜਾ ਵਾ ਸਪੈਸ਼ਲ ਜਿਹੜਾ ਇਹ ਜੋੜ ਸ਼ਹੀਦੀ ਜੋੜ ਮੇਲਾ ਆਇਆ ਸਾਲ ਸਪੈਸ਼ਲ ਆਉਣਾ ਚਾਹੋ ਮੈਂ ਜਿੱਥਾ ਮਰਜ਼ੀ ਹੋਵਾਂ ਅਤੇ ਬਾਬਾ ਜੀ ਤੋਂ ਤਾਂ ਸਾਨੂੰ ਇਹੀ ਸਿੱਖਿਆ ਮਿਲਦੀ ਆ ਬਾਬਾ ਜੀ ਹਰਿਆਣੇ ਤੋਂ ਪੰਜਾਬ ਆਏ ਇਹ ਜਗ੍ਹਾ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਨੇ ਅਲੋਟ ਕੀਤੀ ਹੈ ਜਿੱਥੇ ਅਸੀਂ ਖੜ੍ਹੇ ਹਾਂ ਜਿੱਥੇ ਟਰੈਕਟਰ ਖੜ੍ਹੇ ਨੇ ਉਹਨਾਂ ਨੂੰ ਦਿੱਤੀ ਗਈ ਹੈ ਟਰੈਕਟਰ ਖੜਾਓ ਉਹਨਾਂ ਦੇ ਤੰਬੂ ਲੱਗੇ ਨੇ ਬਾਥਰੂਮ ਲੈਟਰਿੰ ਪਾਣੀ ਦੀ ਪੂਰੀ ਸੁਵਿਧਾ ਜਿਹੜੀ ਆ ਇਹਨਾਂ ਨੂੰ ਉਪਲਬਧ ਕਰਵਾਈ ਗਈ ਹੈ ਇੱਥੋਂ ਦੀ ਕਮੇਟੀ ਦੇ ਵੱਲੋਂ ਔਰ ਤਨੋ ਮਨੋ ਧਨੋ ਜਿਹੜੇ ਨੇ ਬਾਬਾ ਜੀ ਜੁੜੇ ਹੋਏ ਨੇ ਸੇਵਾ ਦੇ ਨਾਲ ਅਤੇ ਬਾਬਾ ਜੀ ਦਾ ਤਾਂ ਸੁਨੇਹਾ ਜਿਹੜਾ ਜਿੰਨਾ ਕੁ ਮੈਂ ਬਾਬਾ ਜੀ ਤੁਹਾਡੇ ਤੋਂ ਬਹੁਤ ਇੰਸਪਾਇਰ ਹੋਇਆ ਅਤੇ ਮੈਨੂੰ ਲੱਗਦਾ ਡੇਲੀ ਪੋਸਟ ਪੰਜਾਬੀ ਦੇਖਣ ਵਾਲੇ ਜਿਹੜੇ ਸਰੋਤੇ ਨੇ ਦਰਸ਼ਕ ਨੇ ਸੰਗਤ ਆ ਉਹ ਵੀ ਬੜੀ ਖੁਸ਼ ਹੋਊਗੀ ਅਤੇ ਬਾਬਾ ਜੀ ਹਰਿਆਣੇ ਤੋਂ ਪੰਜਾਬ ਅਤੇ ਪੰਜਾਬ ਤੋਂ ਇੰਗਲੈਂਡ ਇੰਗਲੈਂਡ ਤੋਂ ਫਿਰ ਪੰਜਾਬ ਆਏ ਨੇ ਅਤੇ ਇਹਨਾਂ ਦੀ ਜਿਹੜੀ ਸਿੱਖਿਆ ਉਹਦੇ 'ਤੇ ਚੱਲਣ ਦੀ ਕਈ ਬੰਦੇ ਨਾਲ ਉਦਾਹਰਣ ਬਣ ਕੇ ਆਉਂਦੇ ਆ ਔਰ ਸਾਨੂੰ ਇੰਸਪਾਇਰ ਕਰਦੇ ਆ ਸਾਡੀ ਇੰਸਪਾਇਰ ਲਈ ਬਾਬਾ ਜੀ ਨੇ ਬਹੁਤ ਚੰਗੀਆਂ ਜਿਹੜੇ ਵਿਚਾਰ ਨੇ ਰੱਖੇ ਸਾਡੇ ਚੈਨਲ ਦੇ ਉੱਤੇ ਡੇਲੀ ਪੋਸਟ ਪੰਜਾਬੀ ਦੇ ਉੱਤੇ ਆਓ ਅਸੀਂ ਗੁਰੂ ਨਾਲ ਜੁੜੀਏ ਗੁਰੂ ਵਾਲੇ ਬਣੀਏ ਸੇਵਾਦਾਰ ਬਣੀਏ ਨਿਸ਼ਚੈ ਦ੍ਰਿੜ ਨਿਸ਼ਚੈ ਕਰਕੇ ਜਿਹੜਾ ਇਹ ਪੱਕਾ ਹੀ ਆਉਂਦੇ ਨੇ ਇਹ ਨਹੀਂ ਹੈਗਾ ਵੀ ਢਿੱਲ ਪਾਉਣੀ ਔਰ ਇੰਗਲੈਂਡ ਤੋਂ ਆਏ ਨੇ ਸਪੈਸ਼ਲ ਸ਼ਹੀਦੀ ਜੋੜ ਮੇਲਾ ਸ਼ਹੀਦਾਂ ਨੂੰ ਨਮਨ ਕਰਨ ਸ਼ਹੀਦਾਂ ਨੂੰ ਪ੍ਰਣਾਮ ਕਰਨ ਆਏ ਨੇ ਉਹਨਾਂ ਨੇ ਆਪਣੇ ਮੁਖਾਰਬਿੰਦ 'ਚੋਂ ਦੱਸਿਆ ਸਾਰੀ ਕਹਾਣੀ ਜਿਹੜੀ ਆ ਅਤੇ ਅਸੀਂ ਪੰਜਾਬ 'ਚ ਇਸ ਵੇਲੇ ਮੌਜੂਦ ਹਾਂ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਸ਼ਹੀਦਾਂ ਦੀ ਧਰਤੀ 'ਤੇ ਪ੍ਰਣਾਮ ਕਰਦੇ ਹਾਂ ਅਤੇ ਬਾਬਾ ਜੀ ਜਿਹੜਾ ਗੰਨਾ ਵਾ ਇਹਦੀ ਘਾਟ ਨਹੀਂ ਆਉਂਦੀ ਇਹ ਕਿੱਦਾਂ ਬੀਜਦੇ ਹੋ ਕਿਵੇਂ ਬੀਜਦੇ ਹੋ ਇਹਦਾ ਖਾਲਸਾ ਜੀ ਬੇਸਿਕ ਮੈਂ ਤੁਹਾਨੂੰ ਦੱਸਾਂ ਗੱਲ ਇਹ ਆ ਵੀ ਜਿਸ ਟਾਈਮ ਅਸੀਂ ਆਪਣੇ ਖੇਤ ਦੇ ਵਿੱਚ ਗੰਨਾ ਬੀਜਣਾ ਹੈ ਜੀ ਸਾਡਾ ਬੀਜ ਤਿਆਰ ਆ ਸਾਡੀ ਲੇਬਰ ਤਿਆਰ ਆ ਸਾਡਾ ਟਰੈਕਟਰ ਤਿਆਰ ਆ ਜੀ ਉਸ ਟਾਈਮ ਅਸੀਂ ਆਪਣੇ ਟਰੈਕਟਰ ਦੀ ਸੀਟ ਪਾ ਦੇ ਉਤਰ ਕੇ ਖੇਤ ਦੇ ਵਿੱਚ ਖੜ੍ਹੇ ਹੋ ਜਾਣਾ ਜੀ ਔਰ ਮਹਾਰਾਜ ਦਾ ਧਿਆਨ ਧਰਕੇ ਅਸੀਂ ਅਰਦਾਸ ਕਰਨੀ ਆ ਜੀ ਹੇ ਵਾਹਿਗੁਰੂ ਇਹ ਖੇਤ ਦੇ ਵਿੱਚ ਜਿਹੜੀ ਥੋੜ੍ਹੀ ਕਿਰਪਾ ਦੇ ਨਾਲ ਫਸਲ ਹੋਣੀ ਆ ਇਹਦਾ ਸਾਨੂੰ ਆਪਣੀ ਮਸ਼ੀਨ ਦੁਆਰਾ ਵਧੀਆ ਤਰੀਕੇ ਨਾਲ ਆਪਣੀਆਂ ਪਿਆਰੀਆਂ ਪਿਆਰੀਆਂ ਸੰਗਤਾਂ ਨੂੰ ਵਧੀਆ ਬਿਹਤਰੀਨ ਤਰੀਕੇ ਨਾਲ ਆਪਣੀਆਂ ਪਿਆਰੀਆਂ ਪਿਆਰੀਆਂ ਸੰਗਤਾਂ ਨੂੰ ਰਸ ਪਿਲਾਉਣ ਦਾ ਸਮਾਂ ਸ਼ਕਤੀ ਔਰ ਸਮਰੱਥਾ ਬਖਸ਼ਿਓ ਇਹ ਸਾਡੀ ਸ਼ਕਤੀ ਔਰ ਸਮਰੱਥਾ ਬਖਸ਼ਿਓ ਇਹ ਅਸੀਂ ਅਰਦਾਸ ਕਰਕੇ ਤਾਂ ਅਸੀਂ ਆਪਣਾ ਗੰਨਾ ਖੇਤ ਦੇ ਵਿੱਚ ਬੀਜਣਾ ਸ਼ੁਰੂ ਕਰਦੇ ਹਾਂ ਫਿਰ ਸਾਡੇ ਕੋਲ ਕਦੀ ਵਾਹਿਗੁਰੂ ਦੀ ਕਿਰਪਾ 'ਤੇ ਅੱਜ ਤੱਕ ਤੋਟ ਆਈ ਹੋਈ ਨਹੀਂ ਵੱਧਦਾ ਹੀ ਜਾਂਦਾ ਹੈ ਨਾ ਸਾਨੂੰ ਕਿਸੇ ਫਸਲ ਵਿੱਚ ਅੱਜ ਤੱਕ ਘਾਟਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਗੁਰੂ ਦੇ ਲੰਗਰ ਨੇ ਜਿਹੜੇ ਉਹ ਵੱਧਦੇ ਹੀ ਜਾਂਦੇ ਆ ਬਾਬੇ ਨਾਨਕ ਦੇ ਲਾਏ ਹੋਏ ਜਿਹੜੇ ਲੰਗਰ ਨੇ ਨਾ
वह वध ही जाते हैं, उन्होंने कदे तोट नहीं आती। ये बाबा जी के मुखार बिंद सीगे, तुसी सुनिया डेली पोस्ट पंजाबी दी ये रिपोर्ट। हुण मैनू यानी कि मनजोत माजरा नूं दिओ विदा, कैमरामैन अमित दे नाल, धन्नवाद।